पंजाब पुलिस नू लगातार अमृतपाल दी पाल जा रही थी, लेकिन हुण पुलिस दी गिरफ्त विच अमृतपाल आ चुका है। ये असलियत की है, जां तां ए अमृतपाल जांदा ते जां फिर पंजाब पुलिस जांदी। देखो जे किसी दे मोटरसाइकिल तेल मुक जांदा तां मोटरसाइकिल अगला उत्थे सुट जूगा, जगाड़ू रेड़ी ते क्यों लद के जाऊगा। ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪਤਾ ਲੱਗਦਾ ਸੀਗਾ ਵੀ ਇਸ ਜਗ੍ਹਾ ਤੇ ਗਿਆ ਹੋਇਆ ਤੇ ਹੁਣ ਡਿਜੀਟਲ ਦਾ ਦੌਰ ਆ, ਉਸੇ ਵੇਲੇ ਬੰਦਾ ਫੜਿਆ ਜਾ ਸਕਦਾ। ਇੱਕ ਪਾਸੇ ਤਸਵੀਰ ਵੋਟੀ ਵੀ ਸਾਹਮਣੇ ਆ ਗਈ ਤੇ ਦੂਜੇ ਪਾਸੇ ਅੰਮ੍ਰਿਤਪਾਲ ਵੀ ਆ ਗਿਆ ਸਾਹਮਣੇ। ਉਸ ਤੇ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਜੇ ਉਹਨੂੰ ਤੋਂ ਕੋਈ ਪੁੱਛ ਦੱਸ ਕਰਨੀ ਸੀ ਪਹਿਲਾਂ ਵੀ ਤਾਂ ਪਿੰਡ ਦੇ ਵਿੱਚ ਸੀ। ਜੇ ਹੁਣ ਵਿਦੇਸ਼ ਜਾਣ ਲੱਗੀ ਆ ਤੇ ਫਿਰ ਹੀ ਉਹਨੂੰ ਰੋਕਣਾ ਵਾ, ਇਹ ਵੀ ਇੱਕ ਸਾਰੀਆਂ ਗੱਲਾਂ ਮਤਾਂ ਜਿਹੜੀਆਂ ਸ਼ੱਕ ਦੇ ਘੇਰੇ ਦੇ ਵਿੱਚ ਆ। ਹਾਂ, ਤੇ ਉਸ ਤੋਂ ਬਾਅਦ ਇੱਡੀ ਜਲਦੀ ਅੰਮ੍ਰਿਤਪਾਲ ਦਾ ਪੁਲਿਸ ਦੇ ਕੋਲੇ ਪਹੁੰਚ ਜਾਣਾ, ਇਹ ਵੀ ਇੱਕ ਹਾਸੀ ਆ। मैं तुहाडे नाल रंजना शर्मा वड्डे मुद्दियां ते चानना पाउण दी कोशिश करदे आ। सो इस वेले एक वड्डा मुद्दा चर्चा विच जिहड़ा चलदा होया नजर आ रहा है, अमृतपाल। पंजाब पुलिस नू लगातार अमृतपाल दी पाल जा रही सी, लेकिन हुण अड़ीके कह सकदे आ या फिर पुलिस दी गिरफ्त विच अमृतपाल आ चुका है। लेकिन किस तरीके नाल ए स्टार्टिंग विच चीज़ां चलियां या फिर हुण अंत किवें होया या फिर हाले होर भी अंत किसे तरीके नाल होना बाकी है। तो अमृतपाल ऑपरेशन से पूरे तरीके नाल अज असी चानना पाउण दी कोशिश करांगे। साडे नाल सीनियर पत्रकार संतोख सिंह पन्नू जी मौजूद ने, जिन्हां नाल इस मामले दे विच गलबात करांगे। सत श्री अकाल सर। सत श्री अकाल जी, बहुत बहुत स्वागत है तुहाडा लोकवाद से। बहुत बहुत धन्यवाद जी। अमृतपाल गिरफ्तार हो चुका है, गिरफ्तारी नूं तुसीं किवें देखदे हो? देखो जी, अमृतपाल दी जिहड़ी गिरफ्तारी आ ओह वी इक हिसाब दा हादसा आ। किस तरह उतों तक वो पहुँचे, फिर यह भी एक पासे तो ये पक्ष आ रहा वा कि उन्होंने सिलेंडर किया वा, दूसरे पास जी पंजाब पुलिस आ वह कह रही है कि गिरफ्तार किया। गिरफ्तार भी जो संत जरनैल सिंह भिंडरांवाले का जद्दी पिंड सीगा जिथे उन्होंने जन्म होया, उस जगह तो ही जरा गिरफ्तार किया गया। तो हूँ ये बड़े एक रहस्य आ कि उत्थे किस तरह पहुँचा, ਕਿਵੇਂ ਇਹ ਜਿਹੜਾ, ਕਿਉਂਕਿ ਜੇ ਆਪਾਂ ਉਹਦੇ ਦੇਖੀਏ ਜਿਸ ਦਿਨ ਤੋਂ ਉਹਨੂੰ ਪੁਲਿਸ ਨੇ ਘੇਰਾ ਪਾ ਕੇ ਫੜਨ ਦੀ ਕੋਸ਼ਿਸ਼ ਕੀਤੀ ਆ, ਉਦੋਂ ਬਾਅਦ ਬੜੀਆਂ ਤਬਦੀਲੀਆਂ ਆਈਆਂ ਨੇ। ਅਤੇ ਜਿਹੜਾ ਇਹ ਵੀ ਆ, ਇੱਕ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਅਸਲੀਅਤ ਕੀ ਆ, ਜਾਂ ਤਾਂ ਇਹ ਅੰਮ੍ਰਿਤਪਾਲ ਜਾਂਦਾ ਤੇ ਜਾਂ ਫਿਰ ਪੰਜਾਬ ਪੁਲਿਸ ਜਾਂਦੀ ਆ। ਵੱਡੇ ਸਵਾਲ ਵੀ ਖੜੇ ਹੁੰਦੇ ਨੇ, ਚੰਬੇ ਵਾਲੀ ਗੱਲ ਹੈ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ, ਕਿਉਂਕਿ ਜਦੋਂ ਅੰਮ੍ਰਿਤਪਾਲ ਦੀ ਭਾਲ ਸ਼ੁਰੂ ਕੀਤੀ ਗਈ ਸੀ ਉਸ ਵੇਲੇ ਪੰਜਾਬ ਪੁਲਿਸ ਦਾ ਇਕੱਠ ਦੇਖਣ ਵਾਲਾ ਸੀ, ਗੱਡੀਆਂ ਲੈ ਕੇ ਜਿਹੜਾ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ, ਪੁਲਿਸ ਪਿੱਛੇ ਲੱਗ ਗਈ ਸੀ, ਹੈ ਨਾ। ਲੇਕਿਨ ਹੁਣ ਅਚਾਨਕ ਤੋਂ ਬਿਲਕੁਲ ਸ਼ਾਂਤ ਮਾਹੌਲ ਚੱਲ ਰਿਹਾ ਸੀ, ਤਾਂ ਅਚਾਨਕ ਤੋਂ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰਿਫਤਾਰੀ ਹੋ ਗਈ ਹੈ, ਮਤਲਬ ਇਹ ਚੀਜ਼ਾਂ ਕਿਸ ਤਰੀਕੇ ਨਾਲ ਘੁੰਮ ਰਹੀਆਂ? ਦੇਖੋ, ਜਿਸ ਦਿਨ ਸਰਕਾਰ ਗ੍ਰਿਫਤਾਰ ਕਰਨਾ ਚਾਹੁੰਦੀ ਸੀ, ਪਹਿਲੀ ਤਾਂ ਗੱਲ ਉਹ ਵੀ ਜਿਹੜੀਆਂ ਸਾਰੀ ਕਾਰਵਾਈ ਆ ਉਹ ਸ਼ੱਕ ਦੇ ਘੇਰੇ ਦੇ ਵਿੱਚ ਆ, ਕਿਉਂਕਿ ਜਿੰਨੀ ਪੁਲਿਸ ਫੋਰਸ ਨੇ ਘੇਰਾ ਪਾਇਆ ਉਸ ਘੇਰੇ ਚੋਂ ਕਿਸੇ ਵੀ ਬੰਦੇ ਦਾ ਬਚ ਕੇ ਨਿਕਲਣਾ ਬੜਾ ਮੁਸ਼ਕਿਲ ਆ। ਲੇਕਿਨ ਅੰਮ੍ਰਿਤਪਾਲ ਫਰਾਰ ਹੋ ਗਿਆ। ਹਾਂ, ਮਤਲਬ ਕਹਿੰਦੇ ਇਹਦਾ ਲੋਕੀ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਦੇ, ਜਿਹੜੇ ਪੰਜਾਬ ਵਾਸੀ ਆ ਉਹਨਾਂ ਨੂੰ ਤਾਂ ਇਹੀ ਸ਼ੱਕ ਆ। ਆਪਣੇ ਕੋਲ ਉਹਦੇ ਬਾਰੇ ਆਪਾਂ ਸਬੂਤ ਤਾਂ ਨਹੀਂ ਹੈਗੇ, ਆਪਾਂ ਵਹਿਦੇ ਨਾਲ ਨਹੀਂ ਕਹਿ ਸਕਦੇ ਵੀ ਅਸਲ ਦੇ ਵਿੱਚ ਕੀ ਵਾਪਰਿਆ, ਕਿਸ ਤਰ੍ਹਾਂ ਹੋਇਆ। ਪਰ ਪੰਜਾਬ ਦੇ ਬਹੁਤ ਸਾਰੇ ਲੋਕ ਸਮਝਦੇ ਨੇ ਕਿ ਜਿਹੜੀ ਗ੍ਰਿਫਤਾਰੀ ਆ ਅੰਮ੍ਰਿਤਪਾਲ ਦੀ ਉਸੇ ਦਿਨ ਹੋ ਗਈ ਸੀਗੀ, ਅਤੇ ਜਿਸ ਤਰ੍ਹਾਂ ਵੱਖ ਵੱਖ ਥਾਵਾਂ 'ਤੇ ਆਪਾਂ ਫੁੱਟੇਜ ਵੀ ਦੇਖ ਰਹੇ ਹਾਂ, ਬੜਾ ਕੁਛ ਮਤਲਬ ਆਉਂਦਾ ਰਿਹਾ, ਅਤੇ ਇਹ ਜਿਹੜੀ ਗ੍ਰਿਫਤਾਰੀ ਆ ਉਹਦੀ ਉਸ ਦਿਨ ਵੀ ਜਦੋਂ ਸ਼ਾਹਕੋਟ ਦੇ ਲਾਗੇ ਉਹਨੂੰ ਘੇਰਾ ਪੈਂਦਾ ਵਾ, ਇਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਆ। ਜਿਹੜਾ ਸਾਰਾ ਇਹ ਵਰਤਾਂਤ ਆ ਉਹਦੇ ਬਾਰੇ ਅਸਲ ਦੇ ਵਿੱਚ ਸੱਚਾਈ ਕੀ ਆ ਕਿਸੇ ਨੂੰ ਵੀ ਅਜੇ ਤੱਕ ਪੂਰੇ ਦਾ ਪੂਰਾ ਪਤਾ ਨਹੀਂ ਲੱਗ ਸਕਿਆ। ਗੱਲ ਆਪਾਂ ਕਰਦੇ ਹਾਂ ਸ਼ੁਰੂਆਤ ਤੋਂ ਕਿ ਕਿਸ ਤਰੀਕੇ ਨਾਲ ਅੰਮ੍ਰਿਤਪਾਲ ਜਦੋਂ ਦੁਬਈ ਤੋਂ ਵਾਪਸ ਭਾਰਤ ਦੇਸ਼ ਪਰਤਿਆ, ਉਸ ਵੇਲੇ ਕਿਹਾ ਜਾਂਦਾ ਸੀ ਕਿ ਨੈਟਵਰਕ ਕੁਝ ਖਾਸ ਨਹੀਂ ਸੀ, ਕੁਝ ਜ਼ਿਆਦਾ ਮਤਲਬ ਇਕੱਠ ਵਗੈਰਾ ਉਹਨੂੰ ਨਹੀਂ ਜਾਣਦਾ ਸੀ। ਲੇਕਿਨ ਹੁਣ ਇਸ ਵੇਲੇ ਐਡਾ ਇਕੱਠ ਜਿਹੜਾ ਉਸਨੇ ਆਪਣੇ ਵਿੱਚ ਕੀਤਾ ਜਾਂ ਨੈਟਵਰਕ ਬਿਲਡ ਕਰ ਲਿਆ, ਕਿਵੇਂ ਸ਼ੁਰੂਆਤ ਹੋਈ ਇਹਨਾਂ ਸਭ ਚੀਜ਼ਾਂ ਦੀ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜੇ ਪਿੱਛੇ ਥੋੜ੍ਹਾ ਜਿਹਾ ਆਪਾਂ ਜਾਈਏ, ਜਦੋਂ ਕਿਸਾਨ ਅੰਦੋਲਨ ਚੱਲਦਾ ਸੀਗਾ
ਉਦੋਂ ਦੀਪ ਸਿੱਧੂ ਦਾ ਇੱਕਦਮ ਵਿੱਚ ਪ੍ਰਵੇਸ਼ ਕਰਨਾ ਉਹ ਵੀ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਸੀਗਾ ਕਿਉਂਕਿ ਠੀਕ ਆ ਜਿਹੜੇ ਲੋਕ ਫਿਲਮਾਂ ਨਾਲ ਜੁੜੇ ਸੀ ਉਹ ਉਹਦੇ ਬਾਰੇ ਜਾਣਦੇ ਸੀਗੇ ਪਰ ਪੰਜਾਬ ਦੇ ਬਹੁਤੇ ਲੋਕ ਉਹਨਾਂ ਬਾਰੇ ਜ਼ਿਆਦਾ ਨਹੀਂ ਸੀ ਜਾਣਦੇ ਇੱਕਦਮ ਉਹਦੀ ਕਿਸਾਨ ਅੰਦੋਲਨ ਦੇ ਵਿੱਚ ਐਂਟਰੀ ਹੋਈ ਸੀ ਉਦੋਂ ਵੀ ਉਹ ਸ਼ੱਕ ਦੇ ਘੇਰੇ ਦੇ ਵਿੱਚ ਸੀ ਫਿਰ ਉਹਨਾਂ ਦੀ ਮੌਤ ਦਾ ਹੋ ਜਾਣਾ ਉਸ ਤੋਂ ਬਾਅਦ ਅੰਮ੍ਰਿਤਪਾਲ ਦਾ ਆਉਣਾ ਕਿਉਂਕਿ ਅੰਮ੍ਰਿਤਪਾਲ ਤਾਂ ਇੱਕ ਆਮ ਪਿੰਡ ਦੇ ਵਿੱਚ ਜੰਮਿਆ ਪਲਿਆ ਸੀਗਾ ਨੌਜਵਾਨ ਸੀਗਾ ਅਤੇ ਜਿਸ ਤਰ੍ਹਾਂ ਲੋਕ ਬਾਹਰਲੇ ਦੇਸ਼ਾਂ ਜਾਂਦੇ ਆ ਕਨੇਡਾ ਦੇ ਵਿੱਚ ਆਪਣੇ ਦੁਬਈ ਦੇ ਵਿੱਚ ਕੰਮ ਧੰਦਾ ਕਰਨ ਵਾਸਤੇ ਗਿਆ ਸੀਗਾ ਉੱਥੋਂ ਉਹਦਾ ਆਉਣਾ ਅਤੇ ਆ ਕੇ ਇੱਕਦਮ ਜਿਹੜਾ ਸੀਗਾ ਉਸ ਵਾਰਸ ਪੰਜਾਬ ਦੇ ਜੱਥੇਬੰਦੀ ਨੂੰ ਸੰਭਾਲਣਾ ਅਤੇ ਫਿਰ ਸਭ ਤੋਂ ਵੱਡੀ ਗੱਲ ਆ ਕਿ ਉਹਦੀ ਜਿਹੜੀ ਤਾਜ ਪੁੱਛੀ ਆ ਉਹ ਵੀ ਰੋਡੇ ਪਿੰਡ ਦੇ ਵਿੱਚ ਹੋਈ ਸਨ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਪਿੰਡ ਦੇ ਵਿੱਚ ਫਿਰ ਜੇ ਕੋਈ ਵਿਦੇਸ਼ 'ਚੋਂ ਬੰਦਾ ਆਉਂਦਾ ਵਾ ਉਹਦੇ ਮਗਰ ਇੱਕਦਮ ਇੰਨਾ ਇਕੱਠ ਖੜਾ ਹੋ ਜਾਣਾ ਇੰਨੇ ਲੋਕਾਂ ਦਾ ਜੁੜ ਜਾਣਾ ਇਹ ਸਾਰੇ ਗੱਲਾਂ ਬਾਤਾਂ ਜਿਹੜੀਆਂ ਇਹ ਸ਼ੱਕ ਦੇ ਘੇਰੇ ਦੇ ਵਿੱਚ ਆ ਕਿ ਕੌਣ ਸੀ ਜਿਹੜਾ ਉਹਨਾਂ ਨੂੰ ਇੱਕਦਮ ਮਤਲਬ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਨੌਜਵਾਨ ਵੀ ਨਾਲ ਜੋੜ ਰਿਹਾ ਸੀਗਾ ਅਤੇ ਉਹਨਾਂ ਦਾ ਜਿਹੜਾ ਸਾਰਾ ਨੈੱਟਵਰਕ ਸੀ ਬਣਾ ਰਿਹਾ ਸੀਗਾ ਇਉਂ ਲੱਗਦਾ ਵਾ ਜਿਵੇਂ ਕਿ ਇਹ ਪੂਰੀ ਸੋਚੀ ਸਮਝੀ ਪਲੈਨਿੰਗ ਹੋਵੇ ਜਿਵੇਂ ਆ ਪੰਜਾਬ ਦੇ ਲੋਕ ਸਮਝਦੇ ਆ ਅਤੇ ਉਹਨਾਂ ਗੱਲਾਂ 'ਤੇ ਇਹ ਗੱਲਾਂ ਜਿਹੜੀਆਂ ਲੋਕਾਂ ਨੂੰ ਸ਼ੱਕ ਸੀ ਪਹਿਲਾਂ ਪਰ ਹੁਣ ਉਹ ਜਿਹੜੇ ਸ਼ੱਕ ਆ ਹੋਰ ਵੀ ਡੂੰਘੇ ਹੁੰਦੇ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਦੀ ਗੱਲ ਕਰ ਲੈਂਦੇ ਹਾਂ ਕਿ ਜਦੋਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਵਾਸਤੇ ਪੁਲਿਸ ਦਾ ਐਡਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਲੇਕਿਨ ਉਦੋਂ ਕਿਹਾ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਫਰਾਰ ਹੋ ਚੁੱਕਾ ਪੁਲਿਸ ਦੀ ਹਿਰਾਸਤ ਵਿੱਚ ਨਹੀਂ ਆਇਆ ਗਿਆ ਲੇਕਿਨ ਉਸ ਤੋਂ ਬਾਅਦ ਲਗਾਤਾਰ ਇੱਕ ਦਿਨ ਛੱਡ ਕੇ ਸੀਸੀਟੀਵੀ ਦੇਖਣ ਨੂੰ ਮਿਲੀਆਂ ਕਦੀ ਕਹਿ ਰਹੇ ਸੀ ਜੀ ਸ਼ਾਹਬਾਦ ਵਿੱਚ ਰੁਕਿਆ ਹੋਇਆ ਹੈ ਕਦੀ ਕਿਹਾ ਜਾ ਰਿਹਾ ਸੀ ਦਿੱਲੀ ਵਿੱਚ ਹੈ ਪੰਜਾਬ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਹੁਣ ਆਖਿਰਕਾਰ ਪੰਜਾਬ ਦੇ ਇਸ ਪਿੰਡ ਵਿੱਚੋਂ ਜਿਹੜਾ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੁੰਦੀ ਉਸ ਚੀਜ਼ ਨੂੰ ਕਿਵੇਂ ਦੇਖਦੇ ਕਿ ਪਹਿਲਾਂ ਸੀਸੀਟੀਵੀ ਅਤੇ ਹੁਣ ਅਸਲ 'ਚ ਕਿੱਥੋਂ ਅੰਮ੍ਰਿਤਪਾਲ ਨਿਕਲਿਆ ਦੇਖੋ ਜੀ ਇਉਂ ਲੱਗਦਾ ਸੀਗਾ ਵੀ ਜਿਵੇਂ ਅੰਮ੍ਰਿਤਪਾਲ ਅੱਗੇ ਅੱਗੇ ਭੱਜ ਰਿਹਾ ਅਤੇ ਮਗਰ ਪੁਲਿਸ ਉਹਦੇ ਇੰਨੀਆਂ ਉਹਦੀ ਫੋਟੋਜ਼ ਆਉਣੀ ਦੇਖੋ ਜੇ ਕਿਸੇ ਦੇ ਮੋਟਰਸਾਈਕਲ 'ਚੋਂ ਤੇਲ ਮੁੱਕ ਜਾਂਦਾ ਤਾਂ ਮੋਟਰਸਾਈਕਲ ਅਗਲਾ ਉੱਥੇ ਸੁੱਟ ਦੂਗਾ ਜਗਾੜੂ ਰੇੜੀ 'ਤੇ ਕਿਉਂ ਲੱਦ ਕੇ ਜਾਊਗਾ ਇਹ ਬੜੇ ਵੱਡੇ ਸਵਾਲ ਨੇ ਫਿਰ ਜੇ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪਤਾ ਲੱਗਦਾ ਸੀਗਾ ਵੀ ਇਸ ਜਗ੍ਹਾ 'ਤੇ ਗਿਆ ਹੋਇਆ ਅਤੇ ਹੁਣ ਡਿਜੀਟਲ ਦਾ ਦੌਰ ਆ ਉਸੇ ਵੇਲੇ ਬੰਦਾ ਫੜਿਆ ਜਾ ਸਕਦਾ ਹੁਣ ਪਹਿਲਾਂ ਹਰਿਆਣਾ ਹੀ ਜਾਂਦਾ ਫਿਰ ਨੇਪਾਲ ਦੇ ਬਾਰਡਰ 'ਤੇ ਵੀ ਜਾਂਦਾ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਆਉਂਦਾ ਇਹ ਸਾਰਾ ਇੱਥੇ ਕਿਵੇਂ ਨਾ ਇੱਕ ਵਰਤਾਂਤ ਜਿਹੜਾ ਨਵੇਂ ਢੰਗ ਦਾ ਜਿਹੜਾ ਸਿਰਜਿਆ ਜਾ ਰਿਹਾ ਅਤੇ ਜਿਹਦੇ ਪਿੱਛੇ ਸ਼ੱਕ ਦੀਆਂ ਜਿਹੜੀਆਂ ਸੂਈਆਂ ਵਾ ਸਰਕਾਰ ਵੱਲ ਸਰਕਾਰੀ ਏਜੰਸੀਆਂ ਵੱਲ ਜਾਂਦੀਆਂ ਵਾ ਇਹ ਸਾਰਾ ਕੀ ਡਰਾਮਾ ਹੋ ਰਿਹਾ ਕਿਉਂਕਿ ਜੇ ਪਹਿਲਾਂ ਹੀ ਸਰਕਾਰ ਚਾਹੁੰਦੀ ਤਾਂ ਉਸ ਨੂੰ ਘਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਜਾ ਸਕਦਾ ਸੀਗਾ ਫਿਰ ਉਹਨੂੰ ਘੇਰਾ ਪਾਉਣਾ ਅਤੇ ਫਿਰ ਇਹ ਦਿਖਾਉਣਾ ਵੀ ਇੱਥੇ ਪਹੁੰਚ ਗਿਆ ਇੱਥੇ ਪਹੁੰਚ ਗਿਆ ਇਹਦੇ ਸਾਰੇ ਪਿੱਛੇ ਅਸਲ ਕਹਾਣੀ ਕੀ ਆ ਇਹ ਆਪਾਂ ਵੈਦੇ ਦਾ ਨਹੀਂ ਕਹਿ ਸਕਦੇ ਕਿ ਅਸਲ ਦੇ ਵਿੱਚ ਸੱਚ ਆ ਵਾ ਪਰ ਇਹ ਆ ਵੀ ਪੰਜਾਬ ਦੇ ਲੋਕਾਂ ਨੂੰ ਇਹ ਸ਼ੱਕ ਜ਼ਰੂਰ ਪੈਦਾ ਹੋ ਗਿਆ ਕਿ ਕੋਈ ਨਾ ਕੋਈ ਜਿਹੜੀ ਸਾਜਿਸ਼ ਆ ਉਹ ਰਚੀ ਜਾ ਰਹੀ ਆ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਬਦਨਾਮ ਕੀਤਾ ਜਾ ਸਕੇ ਅਤੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ ਅਤੇ ਇੱਕ ਸਵਾਲ ਹੋਰ ਬਣਦਾ ਹੈ ਕਿ ਹੁਣ ਬੀਤੇ ਦਿਨੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਦੀ ਵੀ ਜਿਹੜੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋਈ ਹਾਲਾਂਕਿ ਅੰਮ੍ਰਿਤਪਾਲ ਦੇ ਵੱਲੋਂ ਆਪਣੀ ਪਤਨੀ ਦੀ ਤਸਵੀਰ ਜਿਹੜੀ ਹੈ ਬਾਹਰ ਨਹੀਂ ਕੱਢੀ ਜਾ ਰਹੀ ਸੀ ਉਹਨੇ ਕਿਹਾ ਸੀ ਕਿ ਮੇਰਾ ਆਪਣਾ ਪਰਸਨਲ ਚੀਜ਼ ਹੈ ਮੈਂ ਆਪਣੇ ਪਰਿਵਾਰ ਨੂੰ ਜਿਹੜਾ ਮੀਡੀਆ ਅੱਗੇ ਨਹੀਂ ਲੈ ਕੇ ਆਉਣਾ ਚਾਹੁੰਦਾ ਅਤੇ ਹੁਣ ਜਿਵੇਂ ਅੰਮ੍ਰਿਤਪਾਲ ਇੱਕ ਪਾਸੇ ਫਰਾਰ ਚੱਲ ਰਿਹਾ ਦੂਜੇ ਪਾਸੇ ਕਿਰਨਦੀਪ ਕੌਰ ਵਿਦੇਸ਼ ਜਾਣ ਦੀ ਤਿਆਰੀ ਦੇ ਵਿੱਚ ਸੀ ਲੇਕਿਨ ਉੱਥੇ ਏਅਰਪੋਰਟ 'ਤੇ ਰੋਕਿਆ ਗਿਆ ਉਸਨੂੰ ਪੁੱਛਗਿੱਛ ਕੀਤੀ ਗਈ ਅਤੇ ਵਾਪਸ ਆਪਣੇ ਸਹੁਰੇ ਪਿੰਡ ਜੱਲੂਪੁਰ ਖੇੜੇ ਭੇਜ ਦਿੱਤਾ ਗਿਆ ਉਹ ਤਸਵੀਰ ਵਾਇਰਲ ਹੋਈ ਇਹ ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਹੋ ਸਕਦੀ ਹੈ ਕਿ ਇੱਕ ਪਾਸੇ ਤਸਵੀਰ ਵੋਟੀ ਦੀ ਸਾਹਮਣੇ ਆ ਗਈ ਅਤੇ ਦੂਜੇ ਪਾਸੇ ਅੰਮ੍ਰਿਤਪਾਲ ਵੀ ਆ ਗਿਆ ਸਾਹਮਣੇ ਉੱਥੇ ਦੇਖੋ ਜੀ ਪਹਿਲਾਂ ਤਾਂ ਇਹ ਹੈ ਵੀ ਜਦੋਂ ਉਹਦੇ ਆਨੰਦ ਕਾਰਜ ਹੋਣੇ ਸੀਗੇ ਅੰਮ੍ਰਿਤਪਾਲ ਦੇ ਕੁਲਾਰਾਂ ਪਿੰਡ ਆ ਦੇ ਸਹੁਰਿਆਂ ਦਾ ਅਤੇ ਜਿਹੜਾ ਪਰਿਵਾਰ ਆ ਬੜੇ ਚਿਰਦਾ ਇੰਗਲੈਂਡ ਦੇ ਵਿੱਚ ਰਹਿ ਰਿਹਾ ਅਤੇ ਉਸ ਦਿਨ ਜਿਹੜੇ ਲਾਗੇ ਦੇ ਗੁਰਦੁਆਰੇ ਆ ਉੱਥੇ ਲਿਖਾ ਕੇ ਆਏ ਸੀ ਕਿ ਉੱਥੇ ਆਨੰਦ ਕਾਰਜ ਹੋਣਗੇ ਜਦੋਂ ਮੀਡੀਆ ਨੂੰ ਖਬਰ ਲੱਗ ਗਈ ਤਾਂ ਫਿਰ ਉਹ ਵੀ ਸਾਰਾ ਭੇਦ ਜਿਹੜਾ ਗੁਪਤ ਰੱਖਿਆ ਗਿਆ ਵੀ ਕਿੱਥੇ ਆਨੰਦ ਕਾਰਜ ਹੋਣੇ ਨੇ ਵੀ ਪ੍ਰੈਸ ਨੂੰ ਨਾ ਪਤਾ ਲੱਗ ਸਕੇ ਥਾਂ ਬਦਲ ਲਈ ਗਈ ਦੋ ਤਿੰਨ ਥਾਵਾਂ ਬਦਲੀਆਂ ਜੀ ਪਹਿਲਾਂ ਕਾਲਾ ਸੰਘਾ ਲਾਗੇ ਗੁਰਦੁਆਰੇ ਦੇ ਵਿੱਚ ਲਿਖਾਇਆ ਗਿਆ ਉਸ ਤੋਂ ਬਾਅਦ ਫਤਿਹਪੁਰ ਇੱਕ ਗੁਰਦੁਆਰਾ ਵਾ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਲਿਖਾ ਕੇ ਆਏ ਵੀ ਕੱਲ੍ਹ ਨੂੰ ਆਨੰਦ ਕਾਰਜ ਹੋਣੇ ਨੇ ਇਸ ਤਰੀਕ ਨੂੰ ਅਤੇ ਮੁੜ ਕੇ ਜਿਹੜੀ ਸਾਰੀਆਂ ਜਗ੍ਹਾ ਬਦਲ ਲਈਆਂ ਗਈਆਂ ਠੀਕ ਆ ਕਿ ਇਹ ਜਿਹੜਾ ਵਿਆਹ ਇੱਕ ਨਿੱਜੀ ਮਾਮਲਾ ਵਾ ਵੀ ਉਹਨੂੰ ਨਹੀਂ ਜਨਤਕ ਕਰਨਾ ਚਾਹੁੰਦੇ ਜਾਂ ਆਪਣੀ ਘਰਵਾਲੀ ਦੀਆਂ ਜਿਹੜੀ ਆਮ ਮੀਡੀਆ ਦੇ ਵਿੱਚ ਉਹ ਨਹੀਂ ਸੀ ਲਿਆਉਣਾ ਚਾਹੁੰਦੇ ਇਹ ਤਾਂ ਇੱਕ ਉਹਨਾਂ ਦਾ ਨਿੱਜੀ ਮਾਮਲਾ ਆਪਾਂ ਉਹਦੇ ਬਾਰੇ ਤਾਂ ਕੁਛ ਨਹੀਂ ਕਹਿ ਸਕਦੇ ਹੁਣ ਜਦੋਂ ਏਅਰਪੋਰਟ 'ਤੇ
ਉਸਦੀ ਘਰਵਾਲੀ ਨੂੰ ਰੋਕਿਆ ਗਿਆ। ਪਹਿਲੀ ਤਾਂ ਇਹ ਗੱਲ ਆ ਕਿ ਉਹ ਜਦੋਂ ਉੱਥੋਂ ਦੀ ਨਾਗਰਿਕ ਆ ਇੰਗਲੈਂਡ ਦੀ, ਅਤੇ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਅਤੇ ਜੇ ਉਹਨੂੰ ਉੱਤੋਂ ਕੋਈ ਪੁੱਛਗਛ ਕਰਨੀ ਸੀ, ਪਹਿਲਾਂ ਵੀ ਤਾਂ ਪਿੰਡ ਦੇ ਵਿੱਚ ਸੀ, ਉਹ ਤੋਂ ਪਹਿਲਾਂ ਵੀ ਤਾਂ ਪੁੱਛਗਛ ਜਿਹੜੀ ਕੀਤੀ ਜਾ ਸਕਦੀ ਸੀ। ਇਹ ਨਹੀਂ ਵੀ ਜੇ ਹੁਣ ਵਿਦੇਸ਼ ਜਾਣ ਲੱਗੀ ਆ ਅਤੇ ਫਿਰ ਹੀ ਉਹਨੂੰ ਰੋਕਣਾ ਵਾ, ਇਹ ਵੀ ਇੱਕ ਸਾਰੀਆਂ ਗੱਲਾਂ ਮਤਾਂ ਜਿਹੜੀਆਂ ਸ਼ੱਕ ਦੇ ਘੇਰੇ ਦੇ ਵਿੱਚ ਆ। ਹਾਂ, ਅਤੇ ਉਸ ਤੋਂ ਬਾਅਦ ਐਡੀ ਜਲਦੀ ਅੰਮ੍ਰਿਤਪਾਲ ਦਾ ਪੁਲਿਸ ਦੇ ਕੋਲ ਪਹੁੰਚ ਜਾਣਾ, ਇਹ ਵੀ ਇੱਕ ਹਾਸੀ ਆ ਵੀ ਸ਼ਾਇਦ ਲੋਕਾਂ ਦਾ ਇਹ ਵੀ ਸ਼ੱਕ ਆ ਵੀ ਉਹਦੀ ਪਤਨੀ ਨੂੰ ਰੋਕਣ ਕਰਕੇ ਹੀ ਅੰਮ੍ਰਿਤਪਾਲ ਸਾਹਮਣੇ ਆ ਗਿਆ ਵਾ। ਇੱਕ ਹੋਰ ਸਵਾਲ ਬਣਦਾ ਕਿ ਕਿਆ ਅਕਸਰ ਹੁਣ ਦਾਅਵਾ ਵੀ ਕੀਤਾ ਜਾ ਰਿਹਾ ਹੈ, ਕਿਹਾ ਵੀ ਜਾ ਰਿਹਾ ਆਮ ਲੋਕਾਂ ਦੇ ਵੱਲੋਂ, ਆਪਾਂ ਗੱਲ ਕਰੀਏ ਕਿ ਜਦ ਪਤਨੀ ਦੀ ਫੋਟੋ ਸਾਹਮਣੇ ਆ ਗਈ ਤਾਂ ਅੰਮ੍ਰਿਤਪਾਲ ਵੀ ਸਾਹਮਣੇ ਆ ਗਿਆ। ਜਦੋਂ ਅੰਮ੍ਰਿਤਪਾਲ ਦੇ ਸਮਰਥਕ ਜੇਲ੍ਹਾਂ ਵਿੱਚ ਜਾ ਰਹੇ ਸੀ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨਹੀਂ ਹੋਈ, ਲੇਕਿਨ ਉਸ ਵੇਲੇ ਉਹਨਾਂ ਦੇ ਕਈ ਸਾਥੀਆਂ ਦੀ ਜਿਹੜੀ ਗ੍ਰਿਫਤਾਰੀ ਹੋਈ, NSA ਲਗਾ ਦਿੱਤੀ ਗਈ ਜਾਂ ਫਿਰ ਗ੍ਰਿਫਤਾਰੀ ਹਿਰਾਸਤ ਵਿੱਚ ਲਏ ਗਏ, ਉਦੋਂ ਅੰਮ੍ਰਿਤਪਾਲ ਨਹੀਂ ਸਾਹਮਣੇ ਆਇਆ। ਹੁਣ ਪਤਨੀ ਦੀ ਤਸਵੀਰ ਸਾਹਮਣੇ ਆ ਗਈ ਤਾਂ ਅੰਮ੍ਰਿਤਪਾਲ ਵੀ ਸਾਹਮਣੇ ਆ ਗਿਆ। ਇਹਦੇ ਪਿੱਛੇ ਤਾਂ ਕਈ ਕਾਰਨ ਹੋਰ ਵੀ ਹੋ ਸਕਦੇ ਆ। ਇੱਕ ਇਹ ਵੀ ਕਾਰਨ ਹੋ ਸਕਦਾ ਵੀ ਉਸਦੀ ਪਤਨੀ ਨੂੰ ਰੋਕਿਆ ਗਿਆ ਵਾ ਅਤੇ ਤਾਂ ਕਰਕੇ ਉਹ ਸਾਹਮਣੇ ਆ ਗਿਆ। ਦੂਸਰੀ ਇਹ ਗੱਲ ਆ ਵੀ ਜਿਸ ਤਰ੍ਹਾਂ ਜੇ ਪੁਲਿਸ ਦੀ ਆਪਾਂ ਕਿਊ ਦੀ ਗੱਲ ਕਰੀਏ ਅਤੇ ਪੁਲਿਸ ਦਾ ਉਹਦੇ ਚਾਰਜ ਤੇ ਜਿਹੜਾ ਘੇਰਾ ਬੜਾ ਤੰਗ ਹੋ ਗਿਆ ਸੀਗਾ, ਇਸ ਕਰਕੇ ਵੀ ਉਹ ਸਾਹਮਣੇ ਆ ਸਕਦਾ। ਅਤੇ ਜਿਹੜੀ ਹੁਣ ਰੋਡੇ ਪਿੰਡ ਦੇ ਲੋਕ ਨੇ ਉਹ ਕਹਿੰਦੇ ਵੀ ਇੱਥੇ ਕੋਈ ਸਾਰੇ ਪਿੰਡ ਨੂੰ ਘੇਰਾ ਨਹੀਂ ਪਾਇਆ ਗਿਆ ਅਤੇ ਬਸ ਕੁਝ ਗੱਡੀਆਂ ਹੀ ਆਈਆਂ ਨੇ ਪੁਲਿਸ ਦੀਆਂ, ਅਤੇ ਅੰਮ੍ਰਿਤਪਾਲ ਉੱਥੇ ਇੱਕਦਮ ਕਿੱਥੋਂ ਪ੍ਰਗਟ ਹੋ ਗਿਆ। ਇਹ ਵੀ ਬੜੀ ਵੱਡੀ ਚਰਚਾ ਦਾ ਵਿਸ਼ਾ, ਬੜਾ ਵੱਡਾ ਸਵਾਲ ਆ। ਫਿਰ ਉਹਦਾ ਆਰਾਮ ਦੇ ਨਾਲ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਜਿਹੜੀ ਗ੍ਰਿਫਤਾਰੀ ਦੇਣੀ, ਜਿਹੜਾ ਭਾਈ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਨੇ ਅਕਾਲ ਤਖ਼ਤ ਸਾਹਿਬ ਦੇ, ਉਹ ਤਾਂ ਕਹਿ ਰਹੇ ਨੇ ਵੀ ਇਹਨਾਂ ਨੇ ਜਿਹੜਾ ਆਤਮ ਸਮਰਪਣ ਕੀਤਾ ਵਾ, ਅਤੇ ਜਿਹੜੀ ਪੁਲਿਸ ਕਹਿ ਰਹੀ ਆ ਵੀ ਅਸੀਂ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ। ਫਿਰ ਉਹਦਾ ਉੱਥੇ ਜਾਣਾ, ਰਹਿਣਾ, ਫਿਰ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਨੂੰ ਸੰਬੋਧਨ ਕਰਨਾ, ਇਹ ਵੀ ਸਾਰਾ ਕੁਛ ਸ਼ੱਕ ਦੇ ਘੇਰੇ ਦੇ ਵਿੱਚ ਹੀ ਆ। ਮੈਨੂੰ ਤਾਂ ਇਉਂ ਲੱਗਦਾ ਹੁੰਦਾ ਵੀ ਜਿਵੇਂ ਆਮ ਲੋਕਾਂ ਨੂੰ ਇਹਦੇ ਬਾਰੇ ਸਰਕਾਰਾਂ ਜਿਹੜੀਆਂ ਵਾ ਸੱਚਾਈ ਪਤਾ ਨਹੀਂ ਲੱਗਣ ਦੇਣੀਆਂ ਚਾਹੁੰਦੀਆਂ ਵੀ ਅਸਲ ਦੇ ਵਿੱਚ ਹੋ ਕੀ ਰਿਹਾ, ਅਤੇ ਇੱਕ ਇਹੋ ਜਿਹਾ ਪੰਜਾਬ ਦੇ ਵਿੱਚ ਮਾਹੌਲ ਪੈਦਾ ਕੀਤਾ ਜਾ ਰਿਹਾ, ਡਰ ਦਾ ਜਿਹੜਾ ਮਾਹੌਲ ਪੈਦਾ ਕੀਤਾ ਜਾ ਰਿਹਾ, ਸਭ ਤੋਂ ਵੱਧ ਉਹ ਖਤਰਨਾਕ ਆ। ਹਾਂ, ਜੇ ਕਿਸੇ ਨੇ ਗੁਨਾਹ ਕੀਤਾ, ਆਪਾਂ ਇਹ ਨਹੀਂ ਕਹਿੰਦੇ ਵੀ ਜੇ ਅੰਮ੍ਰਿਤਪਾਲ ਆ ਭਾਵੇਂ ਕੋਈ ਵੀ ਆ, ਜੇ ਕੋਈ ਗੁਨਾਹ ਕਰਦਾ ਤਾਂ ਉਹਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਆ, ਪੁਲਿਸ ਨੂੰ ਫੜਨਾ ਚਾਹੀਦਾ, ਇਹ ਕੋਈ ਸ਼ੱਕ ਵਾਲੀ ਗੱਲ ਨਹੀਂ। ਅਤੇ ਜਦੋਂ ਇਸ ਤਰ੍ਹਾਂ ਐਕਟ ਲਾ ਕੇ ਜਿਹੜਾ ਭੇਜਿਆ ਜਾਂਦਾ, ਕਿਉਂਕਿ ਹੁਣ ਉਹਨਾਂ 'ਤੇ ਕੋਈ ਬਹੁਤਾ ਵੱਡਾ ਅੰਮ੍ਰਿਤਪਾਲ ਅਤੇ ਉਹਦੇ ਸਾਥੀਆਂ 'ਤੇ ਕੋਈ ਬਹੁਤੇ ਖਤਰਨਾਕ ਕੇਸ ਨਹੀਂ ਦਰਜ ਹੈਗੇ, ਹੁਣ ਇਸੇ ਕਰਕੇ ਉਹਨਾਂ 'ਤੇ NSA ਐਕਟ ਲਾ ਤਾ ਵੀ ਜਿੰਨਾ ਚਿਰ ਮਰਜ਼ੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖ ਲਓ ਅਤੇ ਕੋਈ ਸੁਣਵਾਈ ਨਹੀਂ ਹੈਗੀ। ਜੇ ਦੂਸਰੇ ਕੇਸਾਂ ਦੇ ਵਿੱਚ ਪੁਲਿਸ ਉਹਨਾਂ 'ਤੇ ਕੇਸ ਦਰਜ ਕਰਦੀ ਆ, ਉਹ ਹੁੰਦਾ ਵੀ ਅਦਾਲਤਾਂ ਦੇ ਵਿੱਚ ਉਹ ਜਾ ਕੇ ਕੇਸ ਜਿਹੜੇ ਆ ਫੇਲ ਹੋ ਜਾਂਦੇ ਆ, ਛੇਤੀ ਜਾਂ ਤਾਂ ਰਿਹਾਅ ਹੋ ਜਾਂਦੇ ਨੇ ਜਾਂ ਫਿਰ ਜ਼ਮਾਨਤ ਮਿਲ ਜਾਂਦੀ ਆ, ਇਸੇ ਕਰਕੇ ਉਹਨਾਂ ਨੂੰ ਜਿਹੜਾ ਵਾ ਆਸਾਮ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਵੀ ਇੱਕ ਤਾਂ ਉਹਨਾਂ ਨਾਲ ਛੇਤੀ ਕੋਈ ਮੁਲਾਕਾਤ ਨਾ ਕਰ ਸਕੇ। ਅਤੇ ਵੈਸੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਸਰਕਾਰਾਂ ਦੇ ਵੱਲੋਂ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ, ਅਸਲ ਦੇ ਵਿੱਚ ਪੰਜਾਬ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੈ। ਗੱਲ ਕਰ ਲੈਂਦੇ ਹਾਂ ਰਾਜਨੀਤੀ ਦੀ ਨਾ, ਕਿ ਆਪਾਂ ਹੁਣ ਗੱਲ ਕਰ ਚੁੱਕੇ ਹਾਂ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਲੈ ਕੇ ਕਿੱਦਾਂ ਦੁਬਈ ਤੋਂ ਆਇਆ, ਨੈਟਵਰਕ ਕਿਵੇਂ ਉਹਦਾ ਹੋਇਆ, ਹੁਣ ਉਹਦੀ ਪਤਨੀ ਦੀ ਗੱਲ ਹੋ ਚੁੱਕੀ ਹੈ ਸਾਥੀਆਂ ਦੀ, ਇਹਨੂੰ ਆਪਾਂ ਰਾਜਨੀਤਿਕ ਤੌਰ 'ਤੇ ਜੇਕਰ ਦੇਖੀਏ, ਹੁਣ ਜਲੰਧਰ ਦੇ ਲੋਕ ਸਭਾ ਜਿੰਨੀ ਚੋਣਾਂ ਆਉਣ ਵਾਲੀਆਂ ਨੇ ਜਾਂ ਫਿਰ 2024 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ, ਤਾਂ ਇਹ ਚੀਜ਼ਾਂ ਦਾ ਕਿਤੇ ਨਾ ਕਿਤੇ ਇਹਨਾਂ ਚੋਣਾਂ 'ਤੇ ਪ੍ਰਭਾਵ ਪਵੇਗਾ, ਕੋਈ ਵੀ ਤਰੀਕੇ ਦਾ ਪ੍ਰਭਾਵ ਹੋਵੇ? ਹਾਂ ਬਿਲਕੁਲ, ਪ੍ਰਭਾਵ ਪੈ ਸਕਦਾ। ਹੁਣ ਜਿੰਨੀ ਚੋਣਾਂ 10 ਮਈ ਨੂੰ ਹੋਣੀਆਂ ਜਲੰਧਰ ਦੀਆਂ, ਅਤੇ ਹੁਣ ਗ੍ਰਿਫਤਾਰੀ ਹੋਈ ਉਹਨਾਂ ਦੀ, ਵੀ ਇਹ ਵੀ ਸਰਕਾਰ ਆਪਦਾ ਪੱਖ ਇਸ ਤਰ੍ਹਾਂ, ਭਗਵੰਤ ਮਾਨ ਨੇ ਕਿਹਾ ਵੀ ਅਸੀਂ ਬਿਲਕੁਲ ਅਮਨ ਮਾਨ ਦੇ ਨਾਲ ਜਿਹੜੀ ਗ੍ਰਿਫਤਾਰੀ ਕਰ ਲਈ ਆ, ਵੀ ਇਹਦਾ ਸਰਕਾਰ ਦਾ ਜਿਹੜਾ ਚੰਗਾ ਪੱਖ ਆ ਉਹ ਵੀ ਜਾਊਗਾ, ਅਤੇ ਥੋੜ੍ਹੀਆਂ ਬਹੁਤੀਆਂ ਜਿਹੜਾ ਲੋਕ ਆ ਪ੍ਰਭਾਵਿਤ ਹੋ ਸਕਦੇ ਨੇ। ਦੂਸਰੀ ਗੱਲ ਆ ਜਿਹੜੀਆਂ 24 ਦੇ ਵਿੱਚ ਚੋਣਾਂ ਆਉਣੀਆਂ ਨੇ, ਉਹਦੇ ਵਾਸਤੇ ਇਹ ਵੀ ਆ ਵੀ ਜਿਹੜੀ ਕੇਂਦਰ ਸਰਕਾਰ ਆ ਉਹ ਇਸ ਤਰ੍ਹਾਂ ਵੀ ਪੇਸ਼ ਕਰ ਸਕਦੀ ਆ ਵੀ ਖਾਲਿਸਤਾਨ ਦੀ ਬੜੀ ਮੂਵਮੈਂਟ ਸੀ ਪੰਜਾਬ ਦੇ ਵਿੱਚ ਜਿਹੜੀ ਅਸੀਂ ਦਬਾ ਲਈ ਆ, ਹਾਲਾਂਕਿ ਪੰਜਾਬ ਦੇ ਵਿੱਚ ਕਦੀ ਵੀ ਖਾਲਿਸਤਾਨ ਦੀ ਮੂਵਮੈਂਟ ਨਾ ਹੈਗੀ ਸੀ ਅਤੇ ਨਾ ਹੁਣ ਹੈਗੀ ਆ। ਹਾਂ, ਕੁਝ ਬੰਦੇ ਹੈਗੇ ਨੇ ਜਿਹੜੇ ਵਿਦੇਸ਼ਾਂ 'ਚ ਬੈਠੇ ਪ੍ਰਚਾਰ ਵੀ ਕਰ ਰਹੇ ਨੇ ਇੱਥੇ ਵੀ। ਹਾਂ, ਕੁਝ ਮਤਲਬ ਉਹ ਜਿਵੇਂ ਕਹਿ ਦਈਏ ਵੀ ਆਟੇ ਦੇ ਲੂਣ, ਆਟੇ ਦੇ ਵਿੱਚ ਲੂਣ ਦੇ ਬਰਾਬਰ ਆ, ਕੋਈ ਉਹਨਾਂ ਦੀ ਬਹੁਤੀ ਵੱਡੀ ਗਿਣਤੀ ਨਹੀਂਗੀ, ਅਤੇ ਇਸ ਕਰਕੇ ਲੋਕ ਇਸ ਨਜ਼ਰ ਨਾਲ ਵੀ ਦੇਖ ਰਹੇ ਆ ਕਿ ਇਹ ਜਿਹੜੀ ਸਾਰੀ ਘਟਨਾ ਵਾਂ, ਸਾਰੀਆਂ ਕਾਰਵਾਈਆਂ ਵਾਂ, ਕੇਂਦਰ ਸਰਕਾਰ ਜਿਹੜਾ ਉਸ ਤੋਂ ਫਾਇਦਾ ਲੈਣ ਦੀ ਤਾਕ ਦੇ ਵਿੱਚ ਆ, ਅਤੇ ਇਸੇ ਕਰਕੇ ਪੰਜਾਬ ਦੇ ਵਿੱਚ ਜਿਹੜਾ ਅਜਿਹਾ ਮਾਹੌਲ ਆ ਬਣਾਇਆ ਜਾ ਰਿਹਾ।
जे आपां पुरानी गल थोड़ी जी करिए जो पंजाब दे विच 84 दा जिहड़ा कांड होया ब्लू स्टार ऑपरेशन होया उस तो पहला भी इतों तक भी जिहड़ियां खोजां हो रही ने कि सिख इस पासे ज़्यादा नहीं सी हैगे उस टाइम ते भी कि जिहड़े बाहर बैठियां ताकतां ने जिहड़ियां विदेशां दे विच बैठियां शक्तियां ने जां विदेशी जिहड़ियां एजेंसियां ने सारे जिहड़ी हवा सी उस नूं उन्हां ने दित्ती ते उन्हां ने ही जिहड़ी मूवमेंट दे पिछे जिहड़े खड़े हो के उतों तक मूवमेंट जिहड़ी पहुंचाई जिहदे विच इह सीगा कि सिख भी बदनाम होए सिखां दा जिहड़ा सब तों वड्डा धार्मिक स्थान सी उह भी ढह गया ते जिहड़ी देश दी प्रधानमंत्री सी इंदिरा गांधी उहदा भी कतल हो गया इतों तक भी भावें इल्जाम जिहड़ा वा सिखां ते लाया जांदा पर कई जिहड़े पक्ष ने ये भी सामने आ रहे ने कि वह असल दे विच जिहड़ा विदेशी शक्तियां सी उन्होंने जिहड़ा 1971 दे विच जिहड़ा बंगलादेश बनाया पाकिस्तान नूं दो हिस्सों दे विच वंडिया कि उस घटना का जिहड़ा बदला वा इंदिरा गांधी तों लिया गया भावें वक्री गल आ कि मोहरा उन्होंने सिखां नूं बनाता जी। ਅੰਮ੍ਰਿਤਪਾਲ ਜਦੋਂ ਫਰਾਰ ਹੋਇਆ ਸੀ ਉਸਦੇ ਨਾਲ ਉਸਦਾ ਇੱਕ ਸਾਥੀ ਕਾਫੀ ਜ਼ਿਆਦਾ ਕਰੀਬੀ ਪੱਪਲਪ੍ਰੀਤ ਜੀ ਤਸਵੀਰਾਂ ਜਿਹੜੀਆਂ ਕਾਫੀ ਜ਼ਿਆਦਾ ਸੋਸ਼ਲ ਮੀਡੀਆ 'ਤੇ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀਆਂ ਸੀ ਉਸ ਤੋਂ ਇਲਾਵਾ ਹੋਰ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਸੀ ਜਿਹੜੇ ਤੁਸੀਂ ਬਾਈਕ ਦੀ ਗੱਲ ਕੀਤੀ ਹੈ ਮੋਟਰਸਾਈਕਲ ਲੈ ਕੇ ਜਾ ਰਹੇ ਹੈ ਨਾ ਕਾਫੀ ਚੀਜ਼ਾਂ ਇੱਦਾਂ ਦੀਆਂ ਵਾਇਰਲ ਹੋ ਰਹੀਆਂ ਸੀ ਸੋਸ਼ਲ ਮੀਡੀਆ 'ਤੇ ਲੇਕਿਨ ਕੁਝ ਸਮੇਂ ਬਾਅਦ ਪੱਪਲਪ੍ਰੀਤ ਦੀ ਵੀ ਗ੍ਰਿਫਤਾਰੀ ਹੋ ਜਾਂਦੀ ਹੈ ਅੰਮ੍ਰਿਤਸਰ ਤੋਂ ਉਸਦੀ ਵੀ ਗ੍ਰਿਫਤਾਰੀ ਹੁੰਦੀ ਹੈ ਅਤੇ ਇਹ ਵੀ ਜਿਹੜਾ ਸਵਾਲ ਬਣ ਰਿਹਾ ਹੈ ਗੱਲਾਂ ਉੱਠ ਰਹੀਆਂ ਨੇ ਕਿ ਸ਼ਾਇਦ ਪੱਪਲਪ੍ਰੀਤ ਦਾ ਨੈਟਵਰਕ ਜ਼ਿਆਦਾ ਸਟਰੋਂਗ ਸੀ ਅੰਮ੍ਰਿਤਪਾਲ ਦੇ ਨਾਲੋਂ ਪੱਪਲਪ੍ਰੀਤ ਜਦ ਗ੍ਰਿਫਤਾਰ ਹੋਇਆ ਤਾਂ ਉਸ ਤੋਂ ਬਾਅਦ ਅੰਮ੍ਰਿਤਪਾਲ ਨੂੰ ਲੁਕਣ ਦੇ ਠਿਕਾਣੇ ਨਹੀਂ ਮਿਲੇ ਕਿਹਾ ਜਾ ਰਿਹਾ ਸੀ ਕਿ ਸ਼ਾਹਬਾਦ ਅੰਮ੍ਰਿਤਪਾਲ ਨੂੰ ਕਿਹਾ ਜਿਹੜੀ ਔਰਤ ਦੇ ਵੱਲੋਂ ਪਨਾਹ ਦਿੱਤੀ ਗਈ ਸੀ ਉਹ ਔਰਤ ਪੱਪਲਪ੍ਰੀਤ ਨੂੰ ਜਾਣਦੀ ਸੀ ਹਾਲਾਂਕਿ ਗ੍ਰਿਫਤਾਰੀ ਹੋ ਗਈ ਸੀ ਲੇਕਿਨ ਪੱਪਲਪ੍ਰੀਤ ਨੂੰ ਜਾਣਦੀ ਸੀ ਹੋਰ ਵੀ ਕਈ ਥਾਵਾਂ ਦੀ ਗੱਲ ਕੀਤੀ ਗਈ ਕਿ ਪੱਪਲਪ੍ਰੀਤ ਦੇ ਜ਼ਿਆਦਾ ਸਟਰੋਂਗ ਨੈਟਵਰਕ ਸੀ ਪੱਪਲਪ੍ਰੀਤ ਗ੍ਰਿਫਤਾਰ ਹੋ ਗਿਆ ਤਾਂ ਉਸ ਤੋਂ ਬਾਅਦ ਅੰਮ੍ਰਿਤਪਾਲ ਨੂੰ ਲੁਕਣ ਦੀ ਜਗ੍ਹਾ ਨਹੀਂ ਮਿਲੀ ਜਾਂ ਫਿਰ ਫੰਡਿੰਗ ਨੂੰ ਲੈ ਕੇ ਵੀ ਜਿਹੜਾ ਸਵਾਲ ਉੱਠੇ ਕਿ ਸ਼ਾਇਦ ਇਸ ਕਰਕੇ ਹੁਣ ਅੰਮ੍ਰਿਤਪਾਲ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਾਂ ਫਿਰ ਅੰਮ੍ਰਿਤਪਾਲ ਜਿਹੜਾ ਪੁਲਿਸ ਦੇ ਗਿਆ। ਇਹ ਵੀ ਇੱਕ ਕਾਰਨ ਹੋ ਸਕਦਾ ਕਿਉਂਕਿ ਪੱਪਲਪ੍ਰੀਤ ਦੇ ਕਾਫੀ ਰਿਲੇਸ਼ਨ ਸੀਗੇ ਬੜੇ ਲੰਮੇ ਸਮੇਂ ਦਾ ਉਹ ਲੋਕਾਂ ਦੇ ਵਿੱਚ ਵਿਚਰਦਾ ਸੀਗਾ ਇੱਕ ਉਹਨੇ ਸੰਸਥਾ ਵੀ ਬਣਾਈ ਹੋਈ ਆ ਪਿੰਡਾਂ ਦੇ ਆਪਦੇ ਪਿੰਡ ਦੇ ਵਿੱਚ ਉਹ ਜਿਹੜੇ ਗਰੀਬ ਬੱਚਿਆਂ ਨੂੰ ਸਿਖਲਾਈ ਵੀ ਦੇ ਰਿਹਾ ਸੀਗਾ ਅਤੇ ਉਹਦੇ ਕਾਫੀ ਜਿਹੜੇ ਦੂਰ ਤੱਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਰਿਲੇਸ਼ਨ ਹੈਗੇ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਤੇ ਪਰ ਜਿਹੜੀ ਪੱਪਲਪ੍ਰੀਤ ਦੀ ਗ੍ਰਿਫਤਾਰੀ ਆ ਉਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਆ ਕਿਉਂਕਿ ਜਦੋਂ ਉਸਨੂੰ ਮੀਡੀਆ ਨੇ ਪੁੱਛਿਆ ਗਿਆ ਵੀ ਤੁਹਾਡੀ ਗ੍ਰਿਫਤਾਰੀ ਕਦੋਂ ਹੋਈ ਆ ਅਤੇ ਉਹਨਾਂ ਨੇ ਸਪਸ਼ਟ ਹੀ ਕਹਿ ਦਿੱਤਾ ਕਿ ਜੇ ਪ੍ਰੀਤ ਕਹਿੰਦੀ ਆ ਵੀ ਮੈਂ ਕੱਲ੍ਹ ਗ੍ਰਿਫਤਾਰ ਹੋਇਆ ਤਾਂ ਮੈਂ ਕੱਲ੍ਹ ਹੀ ਫੜਿਆ ਗਿਆ ਇਹਦਾ ਮਤਲਬ ਵੀ ਕੁਝ ਨਾ ਕੋਈ ਉਹਦੇ ਵਿੱਚ ਵੀ ਰਾਜ ਹੈ। ਦੂਸਰੀ ਗੱਲ ਇਹ ਆ ਵੀ ਜਦੋਂ ਇੱਕ ਸਾਥੀ ਭਗੌੜਾ ਹੋਵੇ ਮੁਖੀ ਵਾਰਸ ਪੰਜਾਬ ਦਾ ਉਹਦਾ ਨੇੜੇ ਦਾ ਸਾਥੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੋਵੇ ਅਤੇ ਫਿਰ ਉਸਦਾ ਪੁਲਿਸ ਰਿਮਾਂਡ ਨਹੀਂ ਲਿਆ ਗਿਆ ਨਹੀਂ ਤਾਂ ਆਮ ਤੌਰ 'ਤੇ ਪੁੱਛਗਿੱਛ ਵਾਸਤੇ ਰਿਆਸਤ ਵਿੱਚ ਲੈ ਕੇ ਬਕਾਇਦਾ ਜਿਹੜੀ ਪੁਲਿਸ ਆ ਰਿਮਾਂਡ ਲੈਂਦੀ ਆ ਕਿ ਉਹ ਤੋਂ ਪੁੱਛਗਿੱਛ ਕਰਕੇ ਅੱਗੇ ਪਹੁੰਚਿਆ ਜਾਵੇ ਉਹਨੂੰ ਵੀ ਉਸੇ ਵੇਲੇ ਗ੍ਰਿਫਤਾਰੀ ਤੋਂ ਬਾਅਦ ਜਲਦੀ ਬਾਅਦ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਅਤੇ ਇਸੇ ਤਰ੍ਹਾਂ ਹੀ ਜਿਹੜਾ ਅੰਮ੍ਰਿਤਪਾਲ ਨੂੰ ਵੀ ਉੱਥੇ ਭੇਜ ਦਿੱਤਾ ਜਾਂਦਾ ਅਤੇ ਇਸ ਕਰਕੇ ਜਿਹੜੀ ਪੱਪਲਪ੍ਰੀਤ ਦੀ ਗ੍ਰਿਫਤਾਰੀ ਆ ਉਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਆ ਅਤੇ ਅੰਮ੍ਰਿਤਪਾਲ ਦੀ ਜਿਹੜੀ ਗ੍ਰਿਫਤਾਰੀ ਆ ਉਹ ਵੀ ਸ਼ੱਕ ਦੇ ਘੇਰੇ ਦੇ ਵਿੱਚ। ਹਾਂ ਇਹ ਗੱਲ ਹੋ ਸਕਦੀ ਆ ਵੀ ਪੱਪਲਪ੍ਰੀਤ ਦੇ ਰਿਲੇਸ਼ਨ ਜ਼ਿਆਦਾ ਸੀ ਅਤੇ ਮੁੜ ਕੇ ਉਹਨਾਂ ਨੂੰ ਜੇ ਪੁਲਿਸ ਦੀ ਆਪਾਂ ਥਿਊਰੀ ਮੰਨ ਲਈਏ ਕਿ ਅੰਮ੍ਰਿਤਪਾਲ ਫਰਾਰ ਸੀਗਾ ਇਹ ਵੀ ਫਿਰ ਇੱਕ ਕਾਰਨ ਹੋ ਸਕਦਾ ਵਾ ਕਿਉਂਕਿ ਆਪਾਂ ਤਾਂ ਵੈਦੇ ਨਾਲ ਕੁਛ ਵੀ ਨਹੀਂ ਕਹਿ ਸਕਦੇ ਕਿ ਸੱਚ ਕੀ ਆ ਸੱਚ ਤਾਂ ਜਾਂ ਅੰਮ੍ਰਿਤਪਾਲ ਦੇ ਕੋਲ ਲੁਕਿਆ ਹੋਇਆ ਅਤੇ ਜਾਂ ਫਿਰ ਪੰਜਾਬ ਪੁਲਿਸ ਦੇ ਕੋਲ ਲੁਕਿਆ ਹੋਇਆ ਜਾਂ ਪੰਜਾਬ ਦੀਆਂ ਜਾਂ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਨੇ ਉਹਨਾਂ ਨੂੰ ਪਤਾ ਆਪਾਂ ਤਾਂ ਸਿਰਫ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਤੋਂ ਅੰਦਾਜ਼ਾ ਹੀ ਲਾ ਸਕਦੇ ਹਾਂ। ਆਖਰੀ ਸਵਾਲ ਹੈ ਮੇਰਾ ਤੁਹਾਡੇ ਕੋਲੋਂ ਕਿ ਅੰਮ੍ਰਿਤਪਾਲ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਉਸਨੂੰ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵੀ ਭੇਜ ਦਿੱਤਾ ਹੈ ਚਾਹੇ ਉਹ ਪੱਪਲਪ੍ਰੀਤ ਹੋਵੇ ਹੋਰ ਸਮਰਥਕ ਹੋਣ ਜਾਂ ਫਿਰ ਸਾਥੀ ਹੋਣ ਜਿਹੜੇ ਗ੍ਰਿਫਤਾਰ ਹੋਏ ਨੇ ਤਾਂ ਹੁਣ ਪੱਪਲਪ੍ਰੀਤ ਵੀ ਅੰਮ੍ਰਿਤਪਾਲ ਵੀ ਜਿਹੜਾ ਦੋਨੋਂ ਪੁਲਿਸ ਦੀ ਹਿਰਾਸਤ ਵਿੱਚ ਹੈ ਅੰਮ੍ਰਿਤਪਾਲ ਵੀ ਪੁਲਿਸ ਦੇ ਰੀਕੇ ਆ ਚੁੱਕਾ ਹੈ ਸੋ ਕੀ ਲੱਗਦਾ ਹੈ ਮਾਮਲਾ ਇੱਥੇ ਦੱਬਦਾ ਹੋਇਆ ਨਜ਼ਰ ਆਵੇਗਾ ਖਤਮ ਹੋ ਜਾਵੇਗਾ ਜਾਂ ਹਾਲੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਪਾਲ ਦੀਆਂ ਚਰਚਾਵਾਂ ਉੱਠੀਆਂ ਹੋਈਆਂ ਨਜ਼ਰ ਆਉਣਗੀਆਂ? ਦੇਖੋ ਜੀ ਸਰਕਾਰ ਉਹਨਾਂ ਨੂੰ ਕਦੋਂ ਰਿਹਾਅ ਕਰਦੀ ਆ ਉਹਨਾਂ ਤੋਂ ਐਕਟ ਕਦੋਂ ਵਾਪਸ ਲੈਂਦੀ ਆ ਅਤੇ ਰਿਹਾਈ ਤੋਂ ਬਾਅਦ ਉਹ ਕਿਹੋ ਜਿਹਾ ਸਟੈਪ ਚੁੱਕਦੇ ਆ ਇਹ ਤਾਂ ਉਸ ਗੱਲ 'ਤੇ ਹੀ ਨਿਰਭਰ ਆ। ਹੋ ਸਕਦਾ ਵੀ ਜਿਹੜੀਆਂ 24 ਦੀਆਂ ਇਲੈਕਸ਼ਨਾਂ ਵਾ ਉਦੋਂ ਤੱਕ ਇਹਨਾਂ ਨੂੰ ਰਿਹਾਈ ਨਾ ਕੀਤਾ ਜਾਵੇ ਕਿਉਂਕਿ ਇਹਦੇ ਵਿੱਚ ਕੋਈ ਹੈ ਨਹੀਂ ਵੀ ਕਿੰਨਾ ਚਿਰ ਤੁਸੀਂ ਰੱਖਣਾ 6 ਮਹੀਨੇ ਦਾ ਘੱਟੋ ਘੱਟ ਹੁੰਦੇ ਆ ਵੀ ਤੁਸੀਂ ਜੇਲ੍ਹ 'ਚ ਰੱਖ ਸਕਦੇ ਜੀ ਅਤੇ ਬਗੈਰ ਕਿਤੇ ਪੇਸ਼ ਕੀਤਿਆਂ ਤੋਂ ਇਸੇ ਕਰਕੇ ਉਹਨਾਂ 'ਤੇ ਜਿਹੜਾ ਇਹ ਐਕਟ ਆ ਲਾਇਆ ਗਿਆ
दूसरी ये गल आ भी उन्होंने प्लैनिंग की आ, मान लो जे अमृतपाल के सत अठ साथी उत्ते होर बंद आ ते सारे जे रिहा हो जाते आण के वो लोगों के नाल किहोजा व्यवहार करते की स्टैप चुकते आ जी वारस पंजाब का जथेबंदी आनू अगे सरगर्म करते ठीक आ भी आपों अपने काम धंधे रुझ जाते तो दूसरी गल आ भी पंजाब के लोग उन्होंने बहर आया किहोजा रिस्पोंस देंगे ये भी सब तो वड्डी गल आ कि जे पंजाब के लोग ज़्यादा उन्होंने रिस्पोंस ना दिता जिस तरह बड़िया लोगों एक हिसाब की आस बज गई सी भी अमृतपाल बहुत वधिया काम कर रहा जी अमृत छका रहा वा क्योंकि बड़ा वड्डा मुद्दा वा पंजाब का नशे का भी नौजवानों के नशे छा रहा वा मैनू लगता भी इस करके ही जिहड़े पंजाब के लोग सी कुछ उहदे दुआले जिहड़े इकट्ठे हो गए ने क्योंकि ये पंजाब की दुख की रग सी जिहड़े नशे आ ते जो उन्होंने ये अपने आप को पेश किया कि मैं नशे छाऊँगा तो सिंह सजाऊँगा अमृत छकाऊँगा तो लोगों एक विश्वास जहा बज गया भी चलो जे साडे बच्चे आ माँ प्यो नूं भी होण लग पिया जापण लग पिया भी वो नशे तो बच गए तो साडे जिहड़े परिवार आ बचे रहणगे इस करके भी कुछ लोग जिहड़े सी अमृतपाल दे दुआले जिहड़े इकट्ठे हो गए तो जदों लोगों हुण लग्या वा हुण अमृतपाल जे गिरफ़्तार होगा तो उत्थे कोई बहुता बंदा पहुँचे नहीं गए लोग जिस तरह की आस सी फिर एक होर सी भी जिस तरह इन्होंने कहता जी अपना सरबत खालसा बुलाया जाए वह भी गल उन्हां दी मन्नी नहीं गई क्योंकि एक बंदे दे कहन ते कदी भी सरबत खालसा नहीं बुलाया जा सकता सारी कौम दीआं जिहड़ीआं मुख जथेबंदियां ने प्रमुख बंदे ने वो इकट्ठे हुंदे ने ते वो फिर फैसला करते हैं कि सरबत खालसा बुलाया जाना जा नहीं जाना उहदे विच किहड़े एजेंडे होणगे किहड़े मुद्दे होणगे ते हो सकदा सीगा भी लोकां नूं भी शक सीगा भी जे सरबत खालसा सद्या जांदा ਤਾਂ ਉਹਦੇ ਵਿੱਚ ਕੋਈ ਅਜਿਹੇ ਮਤੇ ਨਾ ਪਾਸ ਹੋ ਜਾਣ ਅਤੇ ਚੰਗੀ ਗੱਲ ਆ ਵੈਸੇ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੋ ਕਾਰਜਕਾਰੀ ਜਥੇਬੰਦੀ ਜਥੇਦਾਰ ਨੇ ਉਹਨਾਂ ਨੇ ਪੂਰੀ ਨਾ ਕਰਤੀ ਇਸ ਗੱਲ ਤੋਂ ਵੀ ਇਸ 'ਤੇ ਅਸੀਂ ਜਿਹੜਾ ਸਰਬਤ ਖਾਲਸਾ ਨਹੀਂ ਬੁਲਾ ਸਕਦੇ ਇਸ ਤਰੀਕੇ ਨਾਲ ਅੰਮ੍ਰਿਤਪਾਲ ਦਾ ਵਿਸ਼ਾ ਜਿਹੜਾ ਇਸ ਸਮੇਂ ਚਰਚਾਵਾਂ ਵਿੱਚ ਚੱਲ ਰਿਹਾ ਹਾਲਾਂਕਿ ਵੱਡੇ ਸਵਾਲ ਵੀ ਖੜ੍ਹੇ ਹੋ ਰਹੇ ਨੇ ਗ੍ਰਿਫਤਾਰੀ ਹੋ ਚੁੱਕੀ ਹੈ ਲੇਕਿਨ ਗ੍ਰਿਫਤਾਰੀ ਤੋਂ ਬਾਅਦ ਹੁਣ ਕੀ ਅਗਲਾ ਸਟੈਪ ਹੋਵੇਗਾ ਪੰਜਾਬ ਪੁਲਿਸ ਦਾ ਇਸ ਤੋਂ ਇਲਾਵਾ ਹੋਰ ਜਾਂ ਫਿਰ ਹਜੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਪਾਲ ਦਾ ਮੁੱਦਾ ਪੱਕਦਾ ਹੋਇਆ ਨਜ਼ਰ ਆਵੇਗਾ ਇਹ ਵੱਡੇ ਸਵਾਲ ਆਉਣ ਵਾਲੇ ਸਮੇਂ ਦੇ ਵਿੱਚ ਜਵਾਬ ਦਿੰਦੇ ਹੋਏ ਨਜ਼ਰ ਆਉਣਗੇ ਫਿਲਹਾਲ ਅੰਮ੍ਰਿਤਪਾਲ ਪੁਲਿਸ ਦੀ ਹਿਰਾਸਤ ਵਿੱਚ ਹੈ ਗ੍ਰਿਫਤਾਰੀ ਹੋ ਚੁੱਕੀ ਹੈ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਜ਼ਰ ਹੋਈ ਹੈ जे तुसीं भी चाहुंदे हो आस्ट्रेलिया जां न्यूजीलैंड दे विच ब्याह तां इक्को इक राह NRI मैरिज ब्यूरो NRI मैरिज ब्यूरो फाइंड योर परफेक्ट ह्यूमन